टाउनशिप कमेटी की मैंबर नीना सिंह ने अमरीका के न्यूयॉर्सी सूबे के शहर मॉन्टगोमरी की पहली सिख और भारतीय अमरीकी महिला बन के इतिहास रच दिता है। उन्होंने उन्होंने साथी टाउनशिप कमेटी मैंबरों वालों सर्वसम्मति चुनिया गया। नीना सिंह प्रतिनिधि बोनी वाटसन कॉलमैन ने अहदे की सहुं चुकाई ਅਤੇ ਉਹਨਾਂ ਨੂੰ ਵੱਖ-ਵੱਖ ਸਟੇਟ ਅਧਿਕਾਰੀਆਂ ਤੋਂ ਵਧਾਈਆਂ ਪ੍ਰਾਪਤ ਹੋਈਆਂ। ਇਸ ਮੌਕੇ ਨੀਨਾ ਸਿੰਘ ਨੇ ਮੌਂਟਗੋਮਰੀ ਟਾਊਨਸ਼ਿਪ ਵਿੱਚ ਦਿੱਤੇ ਗਏ ਮੌਕਿਆਂ ਲਈ ਧੰਨਵਾਦ ਕੀਤਾ, ਜਿਸ ਨੂੰ ਉਹ ਅਮਰੀਕੀ ਸੁਪਨੇ ਦੀ ਪ੍ਰਤੀਨਿਧਤਾ ਅਤੇ ਅਮਰੀਕਾ ਦੀ ਵੰਨ ਸੁਵੰਨਤਾ ਦੀ ਇੱਕ ਚੰਗੀ ਉਦਾਹਰਨ ਦੱਸਦੀ ਹੈ। 2024 ਲਈ ਮੇਅਰ ਨੀਨਾ ਸਿੰਘ ਦੀਆਂ ਤਰਜੀਹਾਂ ਵਿੱਚ ਜਨਤਕ ਸੁਰੱਖਿਆ ਅਤੇ ਸਿਹਤ ਸ਼ਾਮਲ ਹਨ। ਉਹ ਚੋਣ ਮੁਹਿੰਮ ਵਿੱਚ ਮੇਅਰ ਦੀ ਤੰਦਰੁਸਤੀ ਮੁਹਿੰਮ ਦੇ ਕੀਤੇ ਵਾਅਦੇ ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਯਕੀਨੀ ਬਣਾਉਣ ਦਾ ਟੀਚਾ ਰੱਖਦੀ ਹੈ ਕਿ ਲੋਕਾਂ ਕੋਲ ਭਾਈਚਾਰਕ ਸਿਹਤ, ਆਵਾਜਾਈ, ਜਨਤਕ ਥਾਵਾਂ, ਮਿਊਂਸੀਪਲ ਸੇਵਾਵਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਸੰਭਵ ਸਰੋਤ ਹੋਣ। ਉਹਨਾਂ ਨੇ ਟੈਕਸ ਡਾਲਰਾਂ ਨੂੰ ਹੋਰ ਅੱਗੇ ਵਧਾਉਣ ਲਈ ਰਣਨੀਤੀਆਂ 'ਤੇ ਕੰਮ ਕਰਨ ਦਾ ਵੀ ਜ਼ਿਕਰ ਕੀਤਾ।